ਇਟਲੀ ਵਾਲੇ ਦੀ ਮੈਂ ਵੀਡੀਓ ਦੇਖੀ ਸੀਗੀ ਹੂੰ ਉਹਦੇ ਵਿੱਚ ਕਹਿੰਦਾ ਆ ਕਿ ਮਸੀਤਾਂ ਤੇ ਜਾਂਦੇ ਆ ਕੁਝ ਮੈਂ ਲੋਕ ਵੇਖੇ ਕਹਿੰਦੇ ਆਪਣੀਆਂ ਜਨਾਨੀਆਂ ਖਾ ਖਾਤੋਂ ਹੀ ਫੇਮਸ ਹੁੰਦੇ ਜੇ ਕਿਉਂਕਿ ਤੁਸੀਂ ਪ੍ਰਾਇੋਰਟੀ ਤੁਸੀਂ ਉਹ ਅੱਖਾਂ ਤੁਹਾਡੀਆਂ ਜਨਾਨੀ ਵਾਲੀ ਟਿਕੀਆਂ ਹੁੰਦੀਆਂ ਆ ਔਰਤਾਂ ਦਾ ਬੰਦਿਆਂ ਦਾ ਨਹੀਂ ਬੰਦੇ ਗੋਗਣਾ ਕੱਢ ਕੇ ਆਰਾਮ ਨਾਲ ਤੁਰੇ ਫਿਰਦੇ ਮੋਟੀ ਕੀ ਕਰਦੀਆਂ ਮੇਰੀ ਗੱਲ ਸੁਣ ਵੇਲਾ ਮੇਰੀ ਗੱਲ ਮੈਂ ਤੇਰੀ ਕੋਈ ਗੱਲ ਨਹੀਂ ਸੁਣ ਵੇਲਾ ਹਾਂ ਪਹਿਲਾਂ ਇੱਕ ਵਾਰੀ ਸੁਣ ਤੇ ਲਿਆ ਕਰ ਉਹ ਭਾਬੀ ਜੀ ਨਹੀਂ ਸਾਡਾ ਭਰਾ ਤੁਹਾਡੀ ਗੱਲ ਸੁਣਦਾ ਤੇ ਇੱਧਰ ਮੇਰੇ ਕੋਲ ਆਓ ਮੈਂ ਤੁਹਾਨੂੰ ਗੱਲਾਂ ਸੁਣਾਣਾ ਵਾ ਖੋਤੇ ਦੀ ਬੱਚੀਏ ਤੂੰ ਮੇਰੇ ਬਾਰੇ ਕੀ ਮਾੜਾ ਚੰਗਾ ਬੋਲਦੀ ਰਹੀ ਏ ਹੈ ਕਿਉਂ ਤੇ ਕੀ ਹੋਈ ਉਹ ਵੀ ਤੁਹਾਨੂੰ ਦੱਸਦਾ ਕੀ ਹੋਇਆ ਅੱਜ ਬੜੇ ਰਿਪਲਾਈ ਦੇ ਬੜੇ ਬੰਦਿਆਂ ਨੂੰ ਰਿਪਲਾਈ ਕਰਨਾ ਤੁਹਾਡੇ ਭਰਾ ਦੇ ਓਏ ਹੋਏ 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 ਕੋਈ ਕਿੱਦਾਂ ਦੇ ਇਟਰੀ ਵਾਲਾ ਕਹਿੰਦਾ ਕਬਰਾਂ ਤੇ ਨਾ ਜਾਓ ਕੋਈ ਕਹਿੰਦਾ ਬਹੁਤ ਕੁਝ ਕਹਿੰਦੇ ਨੇ ਲੋਕੀ ਸਾਰੇ ਲੋਕੀ ਹੱਥ ਧੋ ਕੇ ਰੋਸਟਰਾਂ ਪਿੱਛੇ ਪੇੜੇ ਉਨਾ ਦੇ ਬਾਅਦ ਜਾਣੇ ਆ ਪਹਿਲਾ ਸਾਡੇ ਯਾਰ ਨੂੰ ਮੁਬਾਰਕਾ ਦੋ ਨਵਾਂ YouTube ਚੈਨਲ ਖੋਲ੍ਹਿਆ ਹੈ ਮੈਂ ਵੀ ਆਪਕੇ ਜੈਸਾ ਹੀ ਹਾਂ ਅਲੱਗ ਥੋੜਾ ਹਾਂ 15 ਬਰਸੋ ਸੇ ਮੈਂ ਵੀ ਇੱਕ YouTube ਚੈਨਲ ਕੇ ਜਰੀਏ ਦੇਸ਼ ਔਰ ਦੁਨੀਆ ਕੇ ਸਾਥ ਕਨੈਕਟਡ ਰਹਤਾ ਹਾਂ ਅੱਛਾ 15 ਸਾਲ ਹੋ ਗਏ YouTube ਤੇ ਮੈਂ ਕਹ ਰਿਹਾ ਨਵਾਂ ਹੀ ਆਇਆ ਮੋਦੀ ਜੀ ਅੱਛਾ ਅੱਛਾ 15 ਸਾਲ ਹੋ ਗਏ ਵੇਖ ਲੋ 15 ਸਾਲ ਹੋ ਗਏ ਨੇ ਤੇ ਬੰਦੇ ਚ ਕੋਈ ਆਕੜ ਨਹੀਂ ਅਜ ਤੱਕ ਮੋਦੀ ਜੀ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਕਿਹਦੇ ਕੰਮ ਚ ਅੜਿਚ ਨਹੀਂ ਪਾਇਆ ਜਿੱਦਾਂ ਸਿਪਾਈ ਦਾ ਸੁਣੋ ਸਾਡੇ ਕੋਲ ਤਾਂ ਕੋਈ ਕੰਮ ਨਹੀਂ ਸੀ ਹੈ ਤੇ ਤਾਂ ਅੜਿਚ ਪਈਦਾ ਪਰ ਜਿੰਨਾਂ ਕੋ ਕੰਮ ਹੈ ਨੇ ਆਪਣਾ ਕੰਮ ਕਰ ਰਹੇ ਨੇ ਉਹ ਸਾਡੇ ਕੰਮ ਚ ਅੜਿਚ ਨਹੀਂ ਪਾਉਂਦੇ ਨੇ ਦੈਟਸ ਨੋਟ ਅ ਫੇਅਰ ਰੋਸਟਰਾਂ ਪਿੱਛੇ ਦੇ ਲੋਕੀ ਇਦਾ ਹੱਥ ਧੋ ਕੇ ਪੈ ਗਏ ਨੇ ਇਹ ਤਾਂ ਡਿੱਪੂ ਤਾਂ ਖਾਂਡ ਨਹੀਂ ਆਈ ਹੁੰਦੀ ਤੇ ਰਾਸ਼ਨ ਕਾਰਡ ਲੈ ਕੇ ਹੈ ਪਹਿਲਾਂ ਮੈਨੂੰ ਦੇ ਪਹਿਲਾਂ ਮੈਨੂੰ ਏਦਾਂ ਪਏ ਨੇ ਖੋਤੀ ਦੇ ਵਜੋਂ ਤੁਹਾਡਾ ਕੀ ਵਿਗਾੜਿਆ ਇੱਕ ਆ ਦੰਦਲੋ ਆਈ ਏ ਰਮਨ ਕੋਰ ਗਿੱਲ ਕੁਛ ਮੈਂ ਲੋਕ ਵੇਖੇ ਕਹਿੰਦੇ ਆਪਣੀਆਂ ਜਨਾਨੀਆਂ ਖਾ ਖਾਤੂ ਹੀ ਫੇਮਸ ਹੁੰਦੇ ਜੇ ਕਿਉਂਕਿ ਤੁਸੀਂ ਪ੍ਰਾਇੋਰਟੀ ਤੁਸੀਂ ਅੱਖਾਂ ਤੁਹਾਡੀਆਂ ਜਨਾਨੀ ਵਾਲੀ ਟਿਕੀਆਂ ਹੁੰਦੀਆਂ ਜਨਾਨੀ ਲਾਗੇ ਉਹਦਾ ਏਡਾ ਵੱਡਾ ਬੰਦਾ ਨਹੀਂ ਦਿਖਣਿਆ ਹੁੰਦਾ ਤੁਹਾਨੂੰ ਸਾਨੂੰ ਪਤਾ ਤੇ ਨਜ਼ਰ ਆਂਦਾ ਪਰ ਬਾਅਦ ਜਾਂਦਾ ਪਹਿਲਾਂ ਜਨਾਨੀ ਆਦੀ ਵੇ ਆ ਤੇਰੀਆਂ ਵੀਡੀਓ ਵੇਖ ਲਓ ਹੁਣ ਤੇਰੇ ਘਰ ਵਾਲੇ ਨੇ ਤੈਨੂੰ ਅੱਗੇ ਹੁਣ ਤੇਰੇ ਘਰ ਵਾਲੇ ਨੇ ਤੈਨੂੰ ਕਿਉਂ ਅੱਗੇ ਖੜਾ ਕੀਤਾ ਵੇ ਆਪ ਭਾਜੀ ਕਿਉਂ ਨਹੀਂ ਅੱਗੇ ਖੜੇ ਹੋਏ ਹਾਂਜੀ ਭੱਜ ਕੇ ਨਾ ਜਾ ਮੈਂ ਉਹ ਵੀ ਸਬੂਤ ਦੇ ਦਾਂਗਾ ਵੀ ਸਾਨੂੰ ਐਵੇਂ ਹੁਣ ਤੂੰ ਮੇਰੇ ਕੋਲ ਗਾਲ੍ਹਾਂ ਸੁਨੇਗੀ ਐ ਹੁਣ ਅਸੀਂ ਕਿੱਥੋਂ ਜਨ ਬੰਦਾ ਵੇਖ ਲਈਏ ਜਦ ਤੂੰ ਦਿਖਾਈ ਆਪਣੀ ਘਰ ਵਾਲੀ ਰੇ ਲੈ ਇਹ ਲੋ ਸੰਡੇ ਹੋ ਜੇ ਜਵਾਬ ਦੇ 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 ਦੇਖ ਲੈ ਤੇਰੇ ਘਰ ਵਾਲਾ ਜਿਹੜਾ ਛਣ ਛਣਾਈ ਫੜਨ ਤੂੰ ਰਹਿ ਕੇ ਤੂੰ ਫੜ ਲਾ ਕੇ ਐਵੇਂ ਹੀ ਬਕਵਾਸ ਕਰਦੇ ਰਹਿੰਨੇ ਵੀ ਘਰ ਵਾਲੀਆਂ ਦਿਖਾਉਂਦੇ ਨੇ ਐ ਐ ਆ ਫੇਮਸ ਜੋੜੀ ਵੇਖ ਲਓ ਉਹ ਪਿੱਛੇ ਕਿਉਂ ਖੜਾ ਵੇ ਬੰਦੇ ਨੂੰ ਅੱਗੇ ਕਿਉਂ ਨਹੀਂ ਖੜਾ ਕਰਦੇ ਤੁਸੀਂ ਦਿਖਾਉਂਦੇ ਭੈਜ ਪਹਿਲਾਂ ਜਨਾਨੀ ਉਹ ਬੰਦਾ ਨਹੀਂ ਨੇ ਬੰਦਾ ਸਾਨੂੰ ਨਜ਼ਰ ਆਂਦਾ ਤੁਸੀਂ ਵੀ ਕਦੀ ਬੰਦੇ ਨੂੰ ਪਹਿਲ ਦੇ ਦਿਓ ਅੱਗੇ ਖੜਾ ਕਰ ਲਓ ਉਹਨੂੰ ਜਿਹੜਾ ਵੇਖੋ ਜਨਾਨੀ ਪਹਿਲਾਂ ਅੱਗੇ ਸ਼ੋਕੇਸ ਵਾਂਗੂ ਰੱਖੀ ਹੁੰਦੀ ਹੈ ਰਾਖਸ਼ ਹੋ ਗਏ ਹਨ ਰਾਖਸ਼ ਸਾਡੇ ਸੋਸ਼ਲ ਮੀਡੀਆ ਯਾਰ ਬਲੌਕਰ ਬੜਾ ਗੰਦ ਭੁੰਡਿਆ ਉਹਨਾਂ ਨਾਲੋਂ ਜ਼ਿਆਦਾ ਗੰਦ ਨਾ ਰੋਸਟਰ ਭੁੰਡਿਆ ਵਲੌਗਰਾਂ ਨਾਲੋਂ ਜ਼ਿਆਦਾ ਗੰਦਾ ਉਹਨਾਂ ਦੀ ਵੀਡੀਓ ਜਾ ਕੇ ਵੇਖੋ ਤੁਹਾਨੂੰ ਹੈੱਡਫੋਨ ਲਾ ਕੇ ਵੇਖਣੀ ਆ ਪੈਣੀ ਆ ਠੀਕ ਆ ਕੰਨਾਂ ਦੇ ਵਿੱਚ ਹੋਰ ਵੀ ਕਿਤੇ ਹੈੱਡਫੋਨ ਲੱਗਦੇ ਨੇ ਕੰਨਾਂ 'ਚ ਉਹ ਕੰਨਾਂ 'ਚ ਹੀ ਲੱਗਦੇ ਨੇ ਫਿਰ ਕਹਿੰਦੇ ਗੰਦੀਆਂ ਗੱਲਾਂ ਕੱਢਦੇ ਨੇ ਅਸੀਂ ਤੇ ਪਹਿਲਾਂ ਆਪਣੇ ਚੈਨਲਾਂ ਤੇ ਅੰਨੀ ਇਹ ਖੁਦ ਲਿਖਿਆ ਹੋਇਆ ਵੀ ਇਹ ਚੈਨਲ ਹੈੱਡਫੋਨ ਲਾ ਕੇ ਵੇਖੋ ਸੱਚੀ ਗੱਲ ਹੈ ਜੋ ਕਾਮ ਆ ਰੋਕਸਟਰ ਕਰਨਦੇ ਆ ਨਾ ਹੁਣ ਤੇ ਸਵਾਦ ਲੈ ਲੈ ਦੱਸਣ ਦੇ ਆ ਜੀ ਆ ਹੋ ਗਿਆ ਜੀ ਆ ਉਹ ਹੋ ਗਿਆ ਇੰਨੇ ਗੰਦੇ ਗੰਦੇ ਥੰਬਨੇਲ ਲੀਕ ਹੋ ਗਏ ਪਟਾਕੇ ਪੈਂਦੇ ਉਹ ਹੋ ਗਿਆ ਜੇ ਹੋ ਗਿਆ ਕੁਲੜ ਪੀਜੇ ਵਾਲਿਆਂ ਦੀ ਗੱਲ ਕਰ ਰਹੀ ਏ ਪੀ ਰੋਸਟਰ ਸਵਾਦ ਲੈ ਰਹੇ ਨੇ ਗਲਤ ਮੁੱਲ ਥੰਬਨੇਲ ਲਾ ਰਹੇ ਨੇ ਫਰੈਸ਼ੀ ਦੇ ਵੀਡੀਓ ਬਣਾਈ ਵੀਡੀਓ ਲੀਕ ਕੀ ਇਹਦੇ ਚ ਗੰਦਾ ਕੀ ਥੰਬਨੇਲ ਗੰਦਾ ਇਹਦੇ ਚ ਕਿਹੜੀ ਬਪਾਸ਼ਾ ਪਸੂ ਦੀ ਫੋਟੋ ਲਾ ਦਿੱਤੀ ਆ ਮੇਰਾ ਇਹ ਵੇਖੋ ਕਿਹੜੀ ਗੰਦੀ ਫੋਟੋ ਇਹਦੇ ਚ ਕੀ ਮੂੰਹ ਜਮੂੰਹ ਪਾਉਣ ਦੀ ਫੋਟੋ ਲਾ ਦਿੱਤੀ ਏ ਅਸੀਂ ਵੀਡੀਓ ਲੀਕ ਉਹ ਵੀਡੀਓ ਲੀਕ ਹੋਈ ਏ ਸਹੀ ਲਿਖਿਆ ਸੀ ਵੀਡੀਓ ਲੀਕ ਹੀ ਹੋਈ ਨੇ ਤੇ ਇਹੀ ਲਿਖਣਾ ਸੀ ਨਾ ਲੀਕ ਹੋ ਗਈ ਕਿ ਜਾਂ ਫਿਲਮ ਰਿਲੀਜ਼ ਹੋਈ ਇਹ ਲਿਖਣਾ ਸੀ ਨਾ ਉਹ ਇਨ ਸਿਨੇਮਾਸ ਜੋ ਹੋਇਆ ਉਹੀ ਲਿਖਿਆ ਤੇ ਚ ਯਾਰ ਦਿਮਾਗ ਪਾਗਲੇ ਸੂਰਤਦਾਰ ਇਹ ਤੇ ਵੱਡਾ ਤੂੰ ਵੀ ਥੰਬਨੇਲ ਲਾਇਆ ਵੇ ਅਸੀਂ ਤੇ ਚੱਲ ਵੀਡੀਓ ਕੱਟ ਮੈਂ ਤੇ ਵੀਡੀਓ ਕੱਟ ਦਤੀ ਕਿਉਂਕਿ ਮੈਂ ਵੀਡੀਓ ਬਣਾਈ ਮੈਂ ਇਸ ਮਕਸਦ ਨਾਲ ਬਣਾਈ ਵੀ ਉਹ ਵੀਡੀਓ ਤੇ ਰਿਲੀਜ਼ ਹੋ ਗਈ ਲੀਕ ਹੋ ਗਈ ਯਾਰ ਹੈਨਾ ਵੀ ਇਹਨਾਂ ਤੂੰ ਹੋਰ ਬਹੁਤ ਕਪਲ ਸਿੱਖ ਲਏ ਪੀ ਅੱਜ ਤੋਂ ਬਾਅਦ ਅਸੀਂ ਆਪਣੇ ਮੋਬਾਈਲ 'ਚ ਵੀਡੀਓ ਨਹੀਂ ਬਣਾਣੀ ਤਾਂ ਮੈਂ ਵੀਡੀਓ ਬਣਾਈ ਸੀ ਪਰ ਹੁਣ ਮੈਂ ਸੋਚਿਆ ਮੈਂ ਕਿ ਯਾਰ ਉਹਨਾਂ ਦੇ ਕੱਲ ਨੂੰ ਬੱਚਾ ਆਣਾ ਵੱਡਾ ਉਹ ਕਿਤੇ YouTube ਸਰਚ ਕਰਦਾ ਕਰਦਾ ਉਹਦੇ ਸਾਹਮਣੇ ਮੇਰੀ ਵੀਡੀਓ ਆ ਗਈ ਉਹਨੇ ਆਪਣੇ ਮੰਮੀ ਡੈਡੀ ਦੀ ਫੋਟੋ ਵੇਖ ਲਈ ਹੈਨਾ ਆ ਜਿਹੜੀ ਤੇ ਖੋਲੇਗਾ ਉਹਨੂੰ ਪਤਾ ਲੱਗ ਗਿਆ ਨਾ ਯਾਰ ਅੱਛਾ ਮੇਰੀ ਮੰਮੀ ਨੇ ਇਹ ਕੀਤਾ ਸੀ ਉਹਨਾਂ ਦੀ ਵੀਡੀਓ ਲੀਕ ਹੋਈ ਸੀ ਇਸ ਕਰਕੇ ਅਹੀਂ ਆਪਣੀ ਜ਼ਿੰਮੇਵਾਰੀ ਸਮਝੀ ਤੇ ਅਹੀਂ ਡਿਲੀਟ ਕਰ ਦਿੱਤੀ ਹੁਣ ਤੁਸੀਂ ਵੀ ਵੱਡੇ ਸਮਾਜ ਸੇਵੀਓ ਕਰੋ ਹਾਂ ਡਿਲੀਟ ਫ੍ਰੈਸ਼ੀ ਦੀ ਮੈਂ ਕਰਾ ਲੈਣਾ ਕੋਈ ਮਸਲਾ ਨਹੀਂ ਪਰ ਤੁਸੀਂ ਵੀ ਕਰੋ ਹਟ ਡੀਲੀਟ ਜਿੰਨੇ ਜਿੰਨੇ ਫਾਇਦਾ ਜਿੰਨੇ ਠਾਇਆ ਨਾ ਉਹਨਾਂ ਨੂੰ ਕੋ ਜਿਨ੍ਹਾਂ ਨੇ ਪੰਜ ਪੰਜ ਵੀਡੀਓ ਬਣਾਈਆਂ ਕਰਨ ਦਿੱਤਾ ਸਾਹਿਬ ਉਹਦੇ ਹੱਥ ਤੋਂ ਕੇ ਪਿੱਛੇ ਪੈ ਗਏ ਹੀ ਇਹਨਾਂ ਨੂੰ ਕਹਿ ਸਕਦੇ ਆ ਪਰ ਜਿਹਨੇ ਇੱਕ ਵੀਡੀਓ ਬਣਾਈ ਏ ਚਲੋ ਉਹ ਵੀ ਮਾੜਾ ਉਹ ਵੀ ਮਾੜਾ ਸਭ ਤੋਂ ਪਹਿਲਾਂ ਤੇ ਵੀਡੀਓ ਬਣਾਈ ਮੈਂ ਔਰ ਕਿਸੇ ਨੇ ਨਹੀਂ ਬਣਾਈ ਤੁਸੀਂ ਛੁਣਛਣਾ ਫੜਨਾ ਇਹ ਜਦੋਂ ਮੈਂ ਵੀਡੀਓ ਬਣਾ ਕੇ ਕਹਿ ਦਿੰਦਾ ਵੀ ਵੀਡੀਓ ਲੀਕ ਹੋ ਗਈ ਏ ਤੁਸੀਂ ਕਿਉਂ ਆ ਰਹੇ ਵੱਡੇ ਸਮਾਜੇ ਵੀ ਵਾਰ-ਵਾਰ ਦੱਸਣਾ ਵੀ ਵੀਡੀਓ ਲੀਕ ਹੋ ਜੇ ਤੁਹਾਨੂੰ ਪਤਾ ਇੱਕ ਬੰਦਾ ਦੱਸ ਗਿਆ ਵੀਡੀਓ ਚ ਵੀ ਲੀਕ ਹੋ ਗਈ ਯਾਰ ਕੋਈ ਅੱਗੇ ਨਾ ਫਲਾਓ ਤੇ ਘਟ ਦਿਓ ਪਰ ਨਹੀਂ ਆਪ ਆਏ ਨੇ ਖੁਦ ਕਰ ਹਣ ਡਿਲੀਟ ਤੂੰ ਵੀ ਤੇ ਹੋਰ ਵੀ ਜਿਹੜਾ ਕਹਿੰਦਾ ਵੀ ਦਾ ਕਰੋ ਡਿਲੀਟ ਸਾਰੇ ਕਰੋ ਡਿਲੀਟ ਜ਼ਿੰਮੇਵਾਰੀ ਸਮਝੋ ਆਪਣੀ ਜਿਹੜੀ ਤੁਸੀਂ ਉਹਨਾਂ ਦੇ ਸਪੋਰਟ ਚ ਵੀਡੀਓ ਬਣਾਈਆਂ ਨੇ ਉਹ ਕਹਿ ਰਿਹਾ ਮੈਂ ਉਹ ਕਰੋ ਡਿਲੀਟ ਪਤਾ ਲੱਗ ਜਾਏਗਾ ਤੁਹਾਡਾ ਕਿੰਨਾ ਕਿ ਸਾਹ ਤੁਹਾਡੇ ਟਟਿਆਂ ਚ ਥੋੜੀ ਮਾਦਾ ਰੱਖੀਏ ਪਰ ਖਮ ਰਿਆ ਦਾ ਬਲਾਵਾ ਸਿਮਰਜੀਤ ਮਾਨ ਨੂੰ ਕੈਸੀ ਜ਼ਰੂਰਤ ਪਈ ਤੇਰੇ ਕੋਲ ਐਸੀ ਗੱਲ ਕਰਦੇ ਚ ਚਲ ਮਾਨ ਸਾਹਿਬ ਗੁੱਸਾ ਛੱਡੋ ਤੁਹਾਨੂੰ ਮੈਂ ਅਗਲੀ ਗੱਲ ਸੁਣਾਵਾਂ ਤੁਹਾਨੂੰ ਆ ਜਿੰਨਾ ਗੁੱਸਾ ਹੋ ਨਹੀਂ ਚੜਿਆ ਐ ਤੂੰ ਡਬਲ ਗੁੱਸਾ ਜੜ ਜਣਾ ਗੱਲ ਸੁਣ ਕੇ ਇੱਕ ਸੀ ਬੰਦਾ ਉਫੀ ਫੀਮ ਉਤੇ ਲੈਕਚਰ ਦਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਆ ਕੱਲ ਪਰਸੂ ਦੀ ਗੱਲ ਦੀ ਵੀਡੀਓ ਆਈ ਕਹਿੰਦਾ ਫੀਮ ਦਿਖਾਣੀ ਵੀ ਨਹੀਂ ਚਾਹੀਦੀ ਫੀਮ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ ਤਾਂ ਜੋ ਜਿਹੜਾ ਬੰਦਾ ਫੀਮ ਨਹੀਂ ਖਾਂਦਾ ਉਹ ਗੱਲ ਸੁਣ ਕੇ ਉਹਦਾ ਦਿਲ ਨਾ ਕਰਨ ਲੱਗ ਪਏ ਫੀਮ ਖਾਂਦ ਤੇ ਜੀ ਵੀ ਬ੍ਰੇਕਫਾਸਟ ਦੇ ਵਿੱਚ ਫੀਮ ਫੂਮੀ ਖਾ ਕੇ ਆਏ ਹਾਂ ਮੈਂ ਤਾਂ ਲੱਗਦਾ ਉਹੀ ਚੱਲਦਾ ਮੈਮ ਹੋਰ ਬ੍ਰੇਕ ਵਾਸਤੇ ਕਿਹਨੂੰ ਕਹਿੰਦੇ ਨੇ ਕੀ ਮਸਤ ਦੇਣਾ ਚਾਹੁੰਦੇ ਸੋਸਾਇਟੀ ਨੂੰ ਨਾ ਨਸ਼ੇ ਪੱਤੇ ਕਰੋ ਚਲੋ ਠੀਕ ਆ ਇੱਕ ਕਹਿੰਦੇ ਕਿ ਹੈ ਇੱਕ ਦਵਾਈ ਦੀ ਯੂਜ਼ ਚ ਕੰਮ ਆਉਂਦਾ ਠੀਕ ਆ ਅਗਰ ਕਰਦੇ ਵੀ ਆ ਯਾਰ ਇੱਕ ਪਰਦਾ ਹੁੰਦਾ ਆ ਕਿ ਉਹ ਲੋ हां शायद तो कोई फायदा मंदा होगा लहर होंगे कि कूल लगांगे बहनचो कोई काम है नहीं और हां बहनचो तो और काम नहीं तोनु ए ਕਰਨ பாਜੀ ਦਾ ਕੰਮ ਹੈ ਲੋਕਾਂ ਨੂੰ ਵਾਸਤੇ ਮੋਟੀਵੇਟ ਕਰਨਾ ਤੁਸੀਂ ਕਿਹੜੇ ਕੰਮੀ ਲੱਗੇ ਹੋ ਕਰਨ பாਜੀ ਤੁਸੀਂ ਲਾਓ ਫੀਮ ਤੇ ਲੋਕਾਂ ਨੂੰ ਬੜੀ ਚੈਲ ਰੱਖਦੇ ਸਵੱਸ ਮਿਲ ਰੱਖਦੇ ਛਾਹੀ ਵੈਰ ਜਾਂ ਦੀ ਪੁੱਤੜ ਨਾ ਫੇਲ ਰੱਖਦੇ ਇਹ ਸਭ ਢੋਗਲਾ ਪਣਾ ਮੈਂ ਤੇਰਾ ਢੋਗਲਾ ਪਣਾ ਉਤਾਰਦਾ ਹਾਂ ਅਬ ਢੋਗਲਾ ਪਣੇਦਾ ਕਰਨ பாਜੀ ਦਾ ਇੱਕ ਪੌਡਕਾਸਟ ਅਮਨੋ ਜ਼ਿਲ੍ਹੇ ਦੇ ਨਾਲ ਉਸ ਪੌਡਕਾਸਟ ਦੇ ਵਿੱਚ ਕਰਨ ਭਾਜੀ ਕਹਿ ਰਹੇ ਨੇ ਇਟਲੀ ਵਾਲੇ ਦੀ ਮੈਂ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਕਹਿੰਦਾ ਆ ਕੀ ਮਸੀਤਾਂ ਤੇ ਜਾਂਦੇ ਆ ਗੁਰਦੇ ਮੁਰਦੇ ਗਾੜੇ ਉਹਨਾਂ ਨੂੰ ਮੱਥਾ ਟੇਕਣਦੇ ਆ ਸਾਡੇ ਗੁਰੂਆਂ ਤੇ ਜਾਓ ਸਾਡੇ ਗੁਰੂਆਂ ਵਾਲੀ ਗੱਲ ਤੇ ਤੇ ਮੈਂ ਬਾਅਦ ਚ ਆਨਾ ਵਾਂ ਪਹਿਲਾਂ ਮੈਂ ਦੱਸਾਂ ਤੈਨੂੰ ਕਬਰਾਂ ਵਾਲੀ ਗੱਲ ਤੇ ਆਈਏ ਪਹਿਲਾਂ ਕਬਰਾਂ ਵਾਲੀ ਗੱਲ ਤੇ ਹੁਣ ਆਹ ਫੋਨ ਐ Apple ਦਾ ਹਨਾ Apple ਦਾ ਫੋਨ ਐ ਨਾ ਐਪਲ ਕੰਪਨੀ ਕਹਿੰਦੀ ਏ ਕਿ ਆ ਸਲਾਈਡ ਬਟਨ ਤੋਂ ਐਗਜ਼ਾਮਪਲ ਦੇ ਲਗਾ ਤੁਹਾਨੂੰ ਕਿ ਆ ਸਲਾਈਡ ਬਟਨ ਤੋਂ ਦੋ ਵਾਰੀ ਕਲਿੱਕ ਕਰੋ ਤੇ ਸਿਰੀ ਬੋਲਦੀ ਏ ਹੁਣ ਸਾਡੇ ਬੰਦੇ ਇਧਰਲਾ ਬਟਨ ਦੱਬੀ ਜਾਣ ਦੋ ਵਾਰੀ ਤੇ ਸਿਰੀ ਬੋਲੇਗੀ ਨਹੀਂ ਬੋਲੇਗੀ ਆ ਥਰੜਾ ਬਟਨ ਦਬਦੇ ਰਹਿਣ ਬੋਲੇਗੀ ਨਹੀਂ ਬੋਲੇਗੀ ਉੱਪਰ ਦਬਦੇ ਰੋ ਨਹੀਂ ਸਾਈਡ ਵਾਲਾ ਬਟਨ ਕਿਹਾ ਨਾ ਕੰਪਨੀ ਨੇ ਦੱਬੋ ਤੇ ਫੇਰ ਸਿਰੀ ਚੱਲੇਗੀ ਜਾਂ ਕੋਈ ਵੀ ਫੰਕਸ਼ਨ ਚੱਲੇਗਾ ਸਾਈਡ ਵਾਲਾ ਬਟਨ ਜਦੋਂ ਪਾਸ ਸਾਈਡ ਵਾਲਾ ਬਟਨ ਨਹੀਂ ਦਬਣਾ ਜਿਹੜਾ ਕੰਪਨੀ ਕਹਿ ਰਹੀ ਏ ਅਸੀਂ ਹੋਰ ਹੀ ਬਟਨ ਦਬਦੇ ਰਹਿਣਾ ਤੇ ਉਹ ਮੋਬਾਈਲ ਨਹੀਂ ਕੰਮ ਕਰਨਾ ਇਸੇ ਤਰ੍ਹਾਂ ਉਸਤਾਦ ਜੀ ਕਬਰਾਂ ਸਾਡੇ ਸਿੱਖਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਲਾਸ਼ ਨੂੰ ਸਾੜਿਆ ਜਾਂਦਾ ਹੈ ਮੁਸਲਮਾਨਾਂ ਚ ਤੇ ਕ੍ਰਿਸ਼ਚਨਾਂ ਚ ਲਾਸ਼ ਨੂੰ ਦੱਬ ਦਿੱਤਾ ਜਾਂਦਾ ਜਦੋਂ ਬੰਦਾ ਮਰ ਜਾਂਦਾ ਹੁਣ ਕੰਪਨੀ ਧਰਮ ਉਹਨਾਂ ਦਾ ਕਹਿ ਰਿਆ ਵੇ ਕੰਪਨੀ ਧਰਮ ਉਹਨਾਂ ਤਾਂ ਕਹਿ ਰਿਹਾ ਵੀ ਕਿ ਕਬਰਾਂ ਨੂੰ ਪੂਜਣਾ ਹਰਾਮ ਏ ਜਿਨ੍ਹਾਂ ਦਾ ਧਰਮ ਏ ਜਿਹੜੇ ਬੰਦੇ ਦੱਬਦੇ ਨੇ ਜਿਨ੍ਹਾਂ ਨੇ ਕਬਰ ਬਣਾਈ ਏ ਜਿਨ੍ਹਾਂ ਦਾ ਪੂਰਾ ਕਨਸੈਪਟ ਏ ਉਹ ਖੁਦ ਕਹਿ ਰਹੇ ਨੇ ਕਿ ਜਿਹੜੀਆਂ ਅਸੀਂ ਕਬਰਾਂ ਬਣਾਉਂਦੇ ਇਹਨਾਂ ਨੂੰ ਪੂਜਣਾ ਹਰਾਮ ਏ ਕਬਰوں ਕੋ ਸਜਦਾ ਕਰਨਾ ਔਰ ਕਬਰوں ਦਾ ਤਵਾਫ ਕਰਨਾ ਬਿਲ ਇਤਿਫਾਕ ਹਰਾਮ ਏ ਤੇ ਸਾਡੇ ਵਾਲੇ ਕਹਿੰਦੇ ਪੂਜੋ ਪੂਜੋ ਆ ਕੁਛ ਬੰਦਰੀਆਂ ਤੇ ਜਾਜ ਲੈ ਕੇ ਜਾਂਦੀਆਂ ਨੇ ਉਹ ਜਦੋਂ ਉਹ ਕੰਪਨੀ ਗੈਰ ਰਹੀ ਆ ਵੀ ਨਹੀਂ ਐਦਾਂ ਬਾਬਾ ਸਾਡਾ ਨਹੀਂ ਸੁਣਦਾ ਤੇ ਸਾਡੇ ਵਾਲੇ ਨਹੀਂ ਪੁੱਠੇ ਬਟਨ ਦੱਬਣ ਦੇ ਤੁਰੇ ਹੋਏ ਤੇ ਉਤੋਂ ਇਦਾਂ ਦੇ ਫੁੱਦੂ ਯੂਟਿਊਬਰ ਜਿਹੜੇ ਉਹਨਾਂ ਨੂੰ ਉਂਗਲ ਲਾਂਦੇ ਨੇ ਇਟਲੀ ਵਾਲੇ ਦੀ ਮੈਂ ਵੀਡੀਓ ਦੇਖੀ ਸੀ ਉਹਦੇ ਵਿੱਚ ਕਹਿੰਦਾ ਆ ਕੀ ਮਸੀਤਾਂ ਤੇ ਜਾਂਦੇ ਆ ਗੁਰਦੇ ਮੁਰਦੇ ਗਾੜੇ ਉਹਨਾਂ ਨੂੰ ਮੱਥਾ ਟੇਕਣ ਦੇ ਆ ਸਾਡੇ ਗੁਰੂਆਂ ਤੇ ਜਾਓ ਸਿੱਖੀ ਤੇ ਜਾਓ ਕਰਨਪਾ ਜੀ ਕਰਨਪਾ ਜੀ ਗੱਲ ਤੇ ਮੈਨੂੰ ਬੜੀ ਵੱਡੀ ਆਈ ਹੀ ਪਰ ਚਲ ਕੋਈ ਨਹੀਂ ਕਦੀ ਤੂੰ ਯਾਰ ਦੋਸਤ ਰਿਆ ਹੈ ਅਜੇ ਵੀ ਹੈ ਅਜੇ ਵੀ ਹੈ ਐਸੀ ਕੋਈ ਗੱਲ ਨਹੀਂ ਪਰ ਆ ਚਵਲਾ ਕਿਉਂ ਮਰੀ ਜਾਣ ਮੈਂ ਕਿੱਥੇ ਗਿਆ ਤੇ ਸਾਡੀ ਸਿੱਖੀ ਵੱਲ ਜਾਓ ਜਿਹੜਾ ਦੁਵਾਰਾ ਤਨ ਪੋਡਕਾਸਟ ਦੀ ਕਲਿੱਪ ਦਿਖਾਵਾਂ ਗਲਤੀ ਮੰਨੇਗਾ ਜੇ ਮੈਂ ਇਦਾਂ ਨਾ ਆ ਕੇ ਕਲਿੱਪ ਸੁਣੋ ਤੁਸੀਂ ਦੁਵਾਰਾ ਮੈਂ ਤਾਂ ਕੰਨਾ ਜੇ ਕਿਸੇ ਨੇ ਇਸਲਾਮ ਧਰਮ ਅਪਣਾਣਾ ਹੈ ਹਿੰਦੂ ਧਰਮ ਅਪਣਾਣਾ ਹੈ ਸਿੱਖ ਧਰਮ ਕ੍ਰਿਸਚੀਅਨ ਬਣਨਾ ਬਣੋ ਚਰਚਾ ਹੈ ਬਈ ਯਾਰ ਜਾਓ ਜੀਸੂ ਮਸੀਹ ਜੀ ਦੀ ਤੁਸੀਂ ਜੀਮਣੀ ਪੜੋ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਚੁਪਾਰ ਕੇ ਜਾਓ ਪਾਦਰ ਨੂੰ ਫਾਦਰ ਸਾਹਿਬ ਨੂੰ ਕਹੋ ਜਿਹੜਾ ਪਾਦਰੀ ਹੁੰਦਾ ਉਹਨੂੰ ਕਹੋ ਵੀ ਮੈਂ ਬਣਨਾ ਚਾਹੁੰਦਾ ਵਾ ਬਣਾ ਦਣਗੇ ਤੁਹਾਨੂੰ ਪਰ ਇਨਾ ਸ਼ੋਸ਼ਾ ਬਾਸ਼ਾ ਕਰਕੇ ਪਹਿਲਾਂ ਸਟੱਡੀ ਕਰੋ ਇਹ ਜਿਹੜੇ ਨੇ ਇਹ ਕੋਈ ਮੈਂ ਪਹਿਲਾਂ ਹੀ ਕਹਿ ਰਿਹਾ ਨਾ ਕਿ ਇਹ ਤਾਂ ਇਸਲਾਮ ਚੋਂ ਬਾਹਰ ਕੱਢੇ ਹੋਏ ਨੇ ਹੁਣ ਤੈਨੂੰ ਸਮਝ ਆਏਗੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਉਹ ਰਾਜਪਾਲ ਜਾਦਵ ਤੇ ਅਸੀਂ ਡੇਰਿਆਂ 'ਚ ਬੋਲ ਰਹੇ ਸੀ ਡੇਰਿਆਂ ਦੇ ਉੱਤੇ ਬੋਲ ਰਹੇ ਸੀ ਇਸ ਵੀਡੀਓ 'ਚ ਧਰਮ ਉੱਤੇ ਨਹੀਂ ਖਿਚੜੀ ਜੀ ਬਣਾਦਾ ਨਾ ਤੂੰ ਸਾਲਾ ਤੇਰਾ ਦਿਮਾਗ ਆਪਣਾ ਕੰਮ ਨਹੀਂ ਕਰਦਾ ਧਰਮ ਤੇ ਡੇਰਿਆਂ 'ਚ ਬਹੁਤ ਫਰਕ ਹੁੰਦਾ ਆ ਵੇ ਇਹਨੇ ਧਰਮ ਸਿੱਖ ਮੁਸਲਮਾਨ ਕ੍ਰਿਸ਼ਨ ਹਿੰਦੂ ਇਹਨੇ ਧਰਮ ਡੇਰੇ ਨੇ ਨਿਰੰਕਾਰੀਆਂ ਦਾ ਡੇਰਾ ਸਿੱਖ ਧਰਮ ਚ ਇਹਨੂੰ ਕਹਿੰਦੇ ਨੇ ਡੇਰਾ ਇਸਲਾਮ ਦੇ ਵਿੱਚ ਨਕੋਦਰ ਵਾਲਾ ਜਿਹੜਾ ਇਹਨੂੰ ਕਹਿੰਦੇ ਨੇ ਡੇਰਾ ਰਾਮ ਰੀਮ ਦਾ ਬਗਵੇਸ਼ ਵਰਦਾ ਦਾ ਹਿੰਦੂ ਧਰਮ ਦੇ ਵਿੱਚ ਉਹਨੂੰ ਕਹਿੰਦੇ ਨੇ ਡੇਰਾ 크ਰਿਸਚਨ ਧਰਮ ਚ ਜਿਹੜੇ ਅੱਜ ਕੱਲ ਆ ਗਏ ਨੇ ਪਾਦਰੀ ਉਹ ਕਹਿੰਦੇ ਨੇ ਲੰਗੜੇ ਵੀ ਦੋੜेंगे ਦੋੜेंगे ਉਹ ਉਹਨੇ ਡੇਰੇ ਅਸੀਂ ਡੇਰਿਆਂ ਦੇ ਖਿਲਾਫ ਆ ਧਰਮ ਦੇ ਖਿਲਾਫ ਨਹੀਂ ਭੈਣ ਚ ਗਲਤ ਥਾਲੇ ਕੜੂ ਗਲਤੀ ਦੰਦੇ ਰਹਿੰਦੇ ਨੇ ਭੀਟ ਰੇ ਵਾਲਾ ਐਂਦਾ ਕਹਿੰਦਾ ਧਰਮ ਦੇ ਸਾਲਾ ਆਪ ਦੇਰੇ ਨੇ ਖਲਾਫ ਬੋਲ ਰਿਹਾ ਐ ਇਸੇ ਵੀਡੀਓ ਚ ਇੱਕ ਵੀਡੀਓ ਦੇਖੀ ਉਹਨਾਂ ਦੀ ਜੱਚ ਮਰਾ ਬੰਦਾ ਤਿੰਨ ਦਿਨ ਪਹਿਲਾਂ ਮਰਿਆ ਉਹਨਾਂ ਜਿੰਦਾ ਕਰਤੋਂ ਨੇ ਬੋਲਣ ਲੱਗੀ ਹਾਂ ਬੋਲਣ ਲੱਗੀ ਲਾਈਕ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੇ ਵੱਲ ਖਿੱਚਦੇ ਪਏਗੀ ਅਸੀਂ ਅਸੀਂ ਆਪਣੀ ਪਾਵਰ ਦਿਖਾ ਰਹੇ ਹਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਯਾਰ ਕਿ ਤੁਸੀਂ ਰੱਬ ਤੇ ਯਕੀਨ ਰੱਖੋ ਜਿੱਚ ਵੀ ਹੈਗਾ ਤੇ ਮੈਂ ਕੀ ਕਿਹਾ ਸੀ ਕੁਸੂ ਰਾਮ ਮੈਂ ਵੀ ਤੇ ਇਹੀ ਕਹਿਣ ਡਿਆ ਕਿ ਸੱਚਾ ਰੱਬ ਨੂੰ ਮੰਨੋ ਮਾਤਾ ਨੂੰ ਮੰਨੋ ਛੇਰਾਂ ਵਾਲੀ ਨੂੰ ਸ਼ਿਵਜੀ ਮਹਾਰਾਜ ਨੂੰ ਮੰਨੋ ਹਜਰਤ ਮੁਹੰਮਦ ਨੂੰ ਮੰਨੋ ਜੀਸੂ ਜੀ ਨੂੰ ਮੰਨੋ ਬਾਬੇ ਨਾਨਕ ਨੂੰ ਮੰਨੋ ਮੈਂ ਸਾਲੇ ਫਾਰਸੀ ਬੋਲਣ ਦੇ ਮੈਂ ਵੀ ਤੇ ਇਹੀ ਕਹਿਣ ਦੇ ਆ ਵੀ ਭੈਜੋ ਸੱਚੇ ਰੱਬ ਨੂੰ ਮੰਨੋ ਤੂੰ ਵੀ ਕੱਲ ਡੇਰੇ ਦੇ ਖਿਲਾਫ ਕਰ ਰਿਹਾ ਕੱਲ ਮੈਂ ਵੀ ਡੇਰੇ ਦੇ ਖਿਲਾਫ ਕਰ ਰਿਹਾ ਫਿਰ ਮੇਰਾ ਵੀ ਇਸ ਪੋਡਕਾਸਟ 'ਚ ਮੇਰਾ ਕੀ ਲੈਣਾ ਦੇਣਾ ਆ ਗਿਆ ਤੈਨੂੰ ਆ ਬੁਲਾ ਰਿਹਾ ਅਮਨ ਓਜਲਾ ਉਂਗਲ ਦੇ ਰਿਹਾ ਵੀ ਕੌਂਟਰੋਵਰਸੀ ਕਰਾਂਗੇ ਬੋਲ ਮਾੜਾ ਜਿਹਾ ਇਟਲੀ ਵਾਲੇ ਦੇ ਖਿਲਾਫ ਇੱਕ ਨੇ ਇਟਲੀ ਵਾਲੇ ਦੀ ਮੈਂ ਵੀਡੀਓ ਦੇਖੀ ਸੀ ਉਹ ਵੀ ਸਰਦਾਰ ਫੈਮਿਲੀ 'ਚੋਂ ਆ ਤੁਸੀਂ ਸਰਦਾਰ ਫੈਮਿਲੀ 'ਚੋਂ ਆ ਤੁਹਾਡੇ ਆਪਣਾ ਲਾਈਫ ਸਟਾਈਲ ਉਹਦਾ ਆਪਣਾ ਲਾਈਫ ਸਟਾਈ ਉਹ ਵੀ ਕੀ ਕੁਛ ਕਰਦਾ ਆ ਉਹ ਤਾਂ ਨਹੀਂ ਸੀਗਾ ਆਇਆ ਸੀਗਾ ਆਪੋ ਸਿਸਵਲ ਨਹੀਂ ਬੋਲਦੀ ਦੀ ਪਰਸਨਲ ਲਾਈਫ ਹੈ ਠੀਕ ਹੈ ਰਿਆ ਮੈਂ ਹੈ ਤੂੰ ਕੁਫਸਾਈ ਹੈ ਵਾਕਿਆ ਤੂੰ ਸਹੀ ਤੂੰ ਗਾਲਾਂ ਖਾਣਾ ਲੋਕਾਂ ਕੋਲ ਤੈਨੂੰ ਠੀਕ ਕਹਿੰਦੇ ਨੇ ਤੂੰ 도ਗਲਾ ਹੈ ਤੂੰ ਮੇਰਾ ਤੂੰ ਮੇਰਾ ਲਾਈਫ ਸਟਾਈਲ ਕਿਥੇ ਵੇਖ ਲਿਆ ਵੈ ਹਾਂ ਕਿੱਥੇ ਮੈਂ ਵਲੋਗ ਪਾਏ ਨਹੀਂ ਜਾਂ ਤੂੰ ਮੇਰਾ ਮੈਂ ਤੇਰਾ ਨਾ ਕਿੱਥੇ ਵੀਡੀਓ ਕੋਲਾ ਕਰਦਾ ਰਿਹਾ ਵੀ ਭਾਜੀ ਅੱਜ ਮੈਂ ਬੈਂਕ ਜਾ ਰਿਹਾ ਮੈਂ ਕੰਮ ਤੇ ਜਾ ਰਿਹਾ ਮੈਂ ਕਲੱਬਾਂ ਚ ਜਾ ਰਿਹਾ ਕੋਈ ਯਾਰੀ ਨਹੀਂ ਆਪਣੀ ਇਦਾਂ ਦੀ ਜਿਹੜੀ ਮੈਂ ਤੈਨੂੰ ਆਪਣੀ ਪਰਸਨਲ ਲਾਈਫ ਦਿਖਾਈ ਹੋਵੇ ਜਾਂ ਮੈਂ ਸੋਸ਼ਲ ਮੀਡੀਆ ਤੇ ਪਾਈ ਹੋਵੇ ਕੀ ਕਰਦਾ ਮੈਂ ਪਰਸਨਲ ਲਾਈਵ 'ਚ ਲੈਟ ਮੀ ਐਕਸਪਲੇਨ ਬੰਡ ਮਾਰਦਾ ਮੈਂ ਤੇਰੇ ਵਰਗਿਆਂ ਦੀ ਤੁੱਦੀ ਝੋਣ ਦਾ ਗੱਲ ਕਰਨੀ ਕਰ ਕਬਰਾਂ ਤੇ ਕੋਈ ਮਸਲਾ ਨਹੀਂ ਇਹ ਤੈਨੂੰ ਪਤਾ ਮੁੱਦਾ ਕਿੰਨਾ ਇਹ ਗੰਭੀਰ ਹੈ ਮੁੱਦਾ ਜਿੰਨਾ ਤੂੰ ਕਹਿਣ ਦੇ ਆ ਗੱਲ ਕੱਖ ਵੀ ਨਹੀਂ ਐ ਵਿੱਚ ਲਈ ਗੱਲ ਦਾ ਤੈਨੂੰ ਤੈਨੂੰ ਮੈਂ ਤੇਰੀ ਪੂਰੀ ਇੰਟਰਵਿਊ ਵੇਖੀ ਪੋਡਕਾਸਟ ਤੈਨੂੰ ਘੂਸਿਆ ਇੰਨਾ ਹੀ ਨਹੀਂ ਪਤਾ ਵੀ ਡੇਰੇ ਤੇ ਤੇ ਧਰਮ 'ਚ ਕੀ ਫਰਕ ਹੈ ਤੈਨੂੰ ਇੰਨੀ ਚੀਜ਼ ਦਾ ਨਹੀਂ ਪਤਾ ਹੁਣ ਅਸੀਂ ਜੇ ਕਹਿੰਦੇ ਕਿ ਅਸੀਂ ਜਦੋਂ ਓ ਮਾਈ ਗੋਡ ਫਿਲਮ ਸੀਗੀ ਉਹ ਦੇਖੀਗੀ ਇਹ ਲੀਫ ਨੋਮੋ ਦੇ ਵਿੱਚ ਸੀਗਾ ਕਿ ਹਾਂ ਕਿ ਕਹਿੰਦੇ ਕਿ ਤੁਸੀਂ ਪੱਥਰਾਂ ਦੀ ਪੂਜਾ ਕਰਦੇ ਹੋ ਜਾਂ ਇਹ ਕਰਦੇ ਹੋ ਮੂਰਤੀ ਐ ਸਾਨੂੰ ਰੱਬ ਦਿੱਖਦਾ ਉਹ ਚ ਅਸੀਂ ਉਹਨੂੰ ਏਟਲੀਸ ਰਿਸਪੈਕਟ ਦੇ ਦਿੰਨੇ ਕਿ ਇਸ ਚੀਜ਼ ਨੂੰ ਧੰਨਾ ਭਗਤ ਸੀ ਜਿਹਨੇ ਪੱਥਰ ਚ ਬਈ ਰੱਬ ਨਾਲ ਮਿਲਨ ਕਰ ਲਿਆ ਸੀ ਇਹ ਤਾਂ ਬਲੀਫ ਆ ਇੱਕ ਅਮਨ ਭਾਈ ਨੇ ਬਹੁਤ ਅੱਛੀ ਗੱਲ ਕੀਤੀ ਕਿ ਸ਼ਰਧਾ ਹੈ ਆਪਣੀ ਆਪਣੀ ਸ਼ਰਧਾ ਹੈ ਕੋਈ ਪੱਥਰ ਨੂੰ ਪੂਜਦਾ ਕੋਈ ਮੂਰਤੀ ਨੂੰ ਪੂਜਦਾ ਬਹੁਤ ਅੱਛੀ ਗੱਲ ਐ ਤੇ ਕਰਨ ਭਾਜੀ ਕੱਲ ਪਰਸੋਂ ਇੱਕ ਪੰਡਤ ਨੂੰ ਫੋਨ ਲਾ ਕੇ ਗਾਣਾ ਕੱਢਣ ਦੇ ਆ ਹੀ ਉਹਨਾਂ ਦੀ ਵੀ ਸ਼ਰਤ ਹੈ ਉਹਨਾਂ ਦੀ ਫਿਰ ਬੌਂਡ ਚ ਕਿਉਂ ਬਾਂਦ ਦੇਂਦੇ ਆਂ ਤੂੰ ਅਗਲਿਆਂ ਦੀ ਸ਼ਰਤ ਹੈ ਕੋਈ ਬੰਦਾ ਪੰਡਤ ਨੂੰ ਫੋਨ ਲਾ ਕੇ ਘਰੋਂ ਤੁਰਦਾ ਕੋਈ ਕਹਿੰਦਾ ਮੈਂ ਵਿਆਹ ਹੀ ਤਾਂ ਕਰਾਣਾ ਜਿੰਨੀ ਤੱਕ ਮੇਰੀ ਪੰਡਤ ਨਾਲ ਗੱਲ ਨਾ ਹੋਈ ਕੋਈ ਕਹਿੰਦਾ ਮੈਂ ਜਿੰਨੇ ਤੱਕ ਪੰਡਤ ਨੂੰ ਪੁੱਛ ਕੇ ਕੰਮ ਨਾ ਸ਼ੁਰੂ ਕੀਤਾ ਮੇਰੇ ਘਰ ਲక్ష్ਮੀ ਨਹੀਂ ਆਣੀ ਅਗਲੇ ਆਂਦਾ ਵੀ ਬਲੀਵ ਹੈ ਫਿਰ ਤੁਸੀਂ ਕਿਉਂ ਪੰਡਤਾਂ ਨੂੰ ਫੋਨ ਲਾ ਕੇ ਗਾਲਾਂ ਕੱਢਣ ਦੇਉ ਕਿਉਂਕਿ ਤੈਨੂੰ ਪਤਾ ਹੈ ਇਹ ਪਖੰਡ ਕਰਦੇ ਨੇ ਤੇ ਕੁਸਿਆ ਆਹੀ ਵੀ ਇਸੇ ਕਰਕੇ ਬੋਲ ਰਹੇ ਆ ਕਿ ਇਹ ਕਬਰ ਵਾਲੇ ਪਖੰਡ ਕਰਦੇ ਨੇ ਮੈਂ ਨਹੀਂ ਕਹਿੰਦਾ ਉੱਥੇ ਕਬਰਾਂ ਤੇ ਮੈਨੂੰ ਨਹੀਂ ਡਰ ਲੱਗ ਮੈਨੂੰ ਉਹ ਬਾਬਿਆਂ ਤੋਂ ਨਹੀਂ ਡਰ ਲੱਗਦਾ ਜਿਹੜੇ ਅੱਜ ਵੀ ਬਾਬੇ ਬਣ ਰਹੇ ਐ ਬੱਬਰ ਛੇਰ ਮੇਰਾ ਭਰਾ ਜਸਵੀਰ ਜੱਸੀ ਜਿੰਦਾਬਾਦ ਤੇ ਇਦਾਂ ਹੀ ਹੋਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਇੱਕ ਸੀ ਗੁਰਸਿੱਖ ਬੰਦਾ ਘੋੜੇ ਤੇ ਜਾ ਰਿਹਾ ਸੀ ਧੜਕ 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 ਲੰਗਿਆ ਇੱਕ ਪਿੰਡ ਦੇ ਵਿੱਚੋਂ ਤੇ ਉਹਨੂੰ ਆਇਆ ਮੂਤਰ ਮੂਤਰ ਕਰਨ ਵਾਸਤੇ ਆਪਣੇ ਘੋੜੇ ਤੂੰ ਥੱਲੇ ਉਤਰ ਗਿਆ ਤੇ ਇੱਕ ਬਰਡ ਸੀ ਬੋਰਡ ਦੇ ਥੱਲੇ ਉਹਨੇ ਮੂਤਰ ਕਰ ਦਿੱਤਾ ਇੱਕ ਬੰਦਾ ਆਇਆ ਭਜਦਾ ਭਜਦਾ ਕੰਦਾ ਉਹ ਹੋ 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 ਆ ਕੀ ਕਰ ਦਿੱਤਾ ਇੱਥੇ ਤੂੰ ਮੂਤਰ ਕਰ ਦਿੱਤਾ ਇੱਥੇ ਤੇ ਪੀਰਾਂ ਦੀ ਜਗ੍ਹਾ ਸੀ ਤੈਨੂੰ ਬੜਾ ਪਾਪ ਲੱਗਣਾ ਹੁਣ ਤੈਨੂੰ ਸਾਡੇ ਪੀਰ ਨੇ ਛੱਡਣਾ ਨਹੀਂ ਉਹ ਬੰਦਾ ਗੁਰੂ ਦਾ ਸਿੱਖ ਉਹ ਚੱਲ ਗਿਆ ਬੈਠਾ ਘੋੜੇ ਤੇ ਦੋ ਚੱਲ ਗਿਆ ਕੁਛ ਨਹੀਂ ਕਿਹਾ ਉਹਨੂੰ ਕਿਸੇ ਨੇ ਕੁਛ ਨਹੀਂ ਕਿਹਾ ਪਨਾ ਫੜਿਆ ਕੋਈ ਡੈਨ ਨੀ ਉਹਨੂੰ ਚਿਮੜੀ ਕਿਸੇ ਪੀਰ ਪਗੰਬਰ ਨੇ ਉਹਨੂੰ ਕੁਛ ਨਹੀਂ ਕਿਹਾ ਤੁਰ ਚੁਪਰੇ ਤੁਰ ਗਿਆ ਜਦੋਂ ਥੋੜਾ ਜਿਹਾ ਅੱਗੇ ਗਿਆ ਨਾ ਉਹਦੇ ਮਨ 'ਚ ਆ ਗਿਆ ਡਰ ਨੇ ਪੈ ਹੈ ਕਿ ਤੇ ਸੱਚੀ ਨਾ ਚੰਬੜ ਦੇ ਯਾਰ ਜਿੱਦਾਂ ਬੰਦਾ ਕਹਿਣ ਡਿਆ ਕੋਈ ਮੇਰਾ ਨਕਸਾਨ ਹੀ ਨਾ ਕਰ ਦੇ ਹਾਂਜੀ ਮੈਨੂੰ ਜਾ ਕੇ ਨਾ ਉਸ ਡੇਰੇ ਤੇ ਉਸ ਦਰਖਤ ਦੇ ਥਲੇ ਮਾਫੀ ਮੰਗਣੀ ਚਾਹੀਦੀ ਉਹ ਪੀਰ ਕੋਲ ਜਿੱਦੂ ਉਹ ਗੁਰਸਿੱਖ ਵਾਪਸ ਆਇਆ ਨਾ ਮਾਫੀ ਮੰਗਣ ਫੇਰ ਉਹਨੇ ਫੜ ਲਿਆ ਉਹਦਾ ਪੀਰ ਪਗੰਬਰ ਸੀ ਡੈਨ ਜਿਹਦੀ ਵੀ ਕਬਰ ਸੀ ਉਹਨੇ ਫੇਰ ਫੜ ਲਿਆ ਉਹ ਕਹਿੰਦਾ ਹਉ ਨਹੀਂ ਮੈਂ ਤੈਨੂੰ ਪੁੱਤਰ ਜਾਣ ਦੇਣਾ ਜਦੋਂ ਤੱਕ ਤੇਰਾ ਵਿਸ਼ਵਾਸ ਤੇਰੇ ਗੁਰੂ ਤੇ ਸੀ ਤੂੰ ਮੂਤਰ ਵੀ ਕਰ ਗਿਆ ਮੈਂ ਤੈਨੂੰ ਕੁਝ ਨਹੀਂ ਕਿਹਾ ਜਦ ਦੇਦੇ ਮਨ ਚ ਡਰ ਆਇਆ ਹੋਰ ਦੂ ਸਾਡਾ ਇਸੇ ਤਰ੍ਹਾਂ ਮੈਨੂੰ ਬੜੇ ਕਮੈਂਟ ਆਏ ਪਿੱਛੇ ਵੀ ਭਾਜੀ ਤੁਸੀਂ ਗੁਰਦਾਸ ਮਾਨ ਤੇ ਬੋਲੇ ਤੁਸੀਂ ਨਿਕੋਦਰ ਤੇ ਬੋਲੇ ਤੁਸੀਂ ਮੈਨੂੰ ਫ੍ਰੈਂਚੀ ਖੁਦ ਕਹਿੰਦਾ ਸੀ ਕਿ ਭਾਜੀ ਐਵੇਂ ਕੋਈ ਨੁਕਸਾਨ ਨਾ ਹੋ ਜੇ ਆਪਣਾ ਇਹ ਨਹੀਂ ਵੀ ਕਹਿਣ ਮਾਰਨਾ ਸਾਨੂੰ ਵੈਸੇ ਕੁਦਰਤੀ ਪਤਾ ਪੀਰ ਪੰਗੰਬਰਾਂ ਚ ਸ਼ਕਤੀ ਹੁੰਦੀ ਉਹ ਕਹਿੰਦਾ ਕੋਈ ਨੁਕਸਾਨ ਨਾ ਹੋ ਜੇ ਤੁਹਾਡਾ ਮੈਂ ਉਹਨੂੰ ਇਹੀ ਸਾਖੀ ਸੁਣਾਈ ਸਾਡਾ ਵਿਸ਼ਵਾਸ ਹੈ ਗੁਰੂ ਤੇ ਜਿੰਨੇ ਤੱਕ ਗੁਰੂ ਦੇ ਵਿਸ਼ਵਾਸ ਹੈ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਸਾਡਾ ਵਾਲ ਵੀ ਵਿੰਗਾ ਕਰ ਜੇ ਕੋਈ ਕੁੜੀ ਬਹੁਤ ਸੋਹਣੀ ਆ ਉਹਦੇ ਵੀ ਥੱਲੇ ਗਾਣਾ ਕੱਢ ਰਹੇ ਨੇ ਉਹਨੂੰ ਸੈਲੈਬ੍ਰਿਟੀਜ਼ ਦਾ ਵੀ ਹੁੰਦਾ ਰਾਈਟ ਸੈਲੈਬ੍ਰਿਟੀ ਕੋਈ 1 ਪਾਉਂਡ ਉਹਨਾਂ ਦਾ weight gain ਹੋ ਜਾਵੇ ਬੋਡੀ ਦਾ ਮਰਤਾਂ ਦਾ ਬੰਦਿਆਂ ਦਾ ਨਹੀਂ ਬੰਦੇ ਗੋਗਣਾ ਕੱਢ ਕੇ ਆਰਾਮ ਨਾਲ ਥੋੜੇ ਫਿਰਦੇ ਨੇ ਇਹ ਸੇ ਛੜੀ ਐਂਟੀ ਕੋ ਕੋਈ ਸਬੂਤ ਨਹੀਂ ਹੁੰਦੇ ਇਹਨੂੰ ਪਤਾ ਨਹੀਂ ਖਿਜੀ ਇਸ ਗੱਲ ਦੀ ਐ ਕਿ ਮੇਰਾ ਵਿਆਹ ਨਹੀਂ ਹੋ ਰਿਹਾ 42 ਸਾਲ ਦੀ ਮੈਂ ਹੋ ਗਈ ਆ ਨਾ ਇਹਨੇ ਬੜਾ ਭਰਾ ਦਾ ਵਿਆਹ ਹੋਣਾ ਨਾ ਇਹਨੇ ਆਪਣਾ ਕੋਈ ਬੰਦਾ ਇਹਦੇ ਨਾਲ 10 ਮਿੰਟ ਗੱਲ ਕਰਦਾ ਹੋਣਾ ਉਹਨੂੰ ਇਹਦੀ ਕਰਤੂਤਾ ਪਤਾ ਲੱਗ ਜਾਂਦੀ ਹੋਣੀ ਆ ਵੀ ਇਹ ਕਿਹੇ ਘੜੇ ਦੀ ਟੱਕਰ ਨਹੀਂ ਅਗਲਾ ਬੋਰਡ ਤੇ ਲੱਤ ਮਾਰ ਦੇਣਾ ਹੋਣਾ ਭਜਾ ਦਿੰਦਾ ਹੋਣਾ ਇਹਨੂੰ ਇਹਨੂੰ ਬੜੀ ਖਿਜੀ ਬੰਦਿਆਂ ਨਾਲ ਝੂਠ ਦੀ ਮਾਂ ਦੀ ਮਾਂ ਕੀ ਮੇਰੇ ਕੋਲ ਗਾਲ ਨਿਕਲ ਅਗੇ ਝੂਠ ਪੇਲਦੀ ਰਹਿੰਦੀ ਜਿੱਥੇ ਜਾਵੇ ਇੰਟਰਵਿਊ ਦੇ ਵਿੱਚ ਕੋਈ ਵੀਡੀਓ ਬਣਾ ਲੈ ਝੂਠ ਦੀ ਮੋਦੀ ਨਾਲ ਟੱਪ ਗਈ ਤੂੰ ਸੁਣਦੇ ਆ ਇਹ ਜਿਹੜੀ ਬਕਵਾਸ ਨਹੀਂ ਕਰਨੀ ਪੀ ਸੈਲਿਬ੍ਰਿਟੀਜ਼ ਨਾਲ ਵੀ ਹੁੰਦਾ ਰਾਈਟ ਸੈਲਿਬ੍ਰਿਟੀ ਕੋਈ 1 ਪਾਉਂਡ ਉਹਨਾਂ ਦਾ weight gain ਹੋ ਜਾਵੇ ਬੋਡੀ ਸ਼ੇਪਿੰਗ ਔਰਤਾਂ ਦਾ ਬੰਦਿਆਂ ਦਾ ਨਹੀਂ ਬੰਦੇ ਗੋਗਣਾ ਕੱਢ ਕੇ ਆਰਾਮ ਨਾਲ ਤੁਰੇ ਫਿਰਦੇ ਲੋਕ ਕਿ ਕਿਸੇ ਐਕਟ੍ਰੈਸ ਦਾ 2 ਮੈਗਨੀ 1 ਕਿਲੋ ਵੀ ਉਹਦਾ weight ਵੱਜ ਵੱਜੇ ਵਿਚਾਰੀ ਦਾ ਥੱਲੇ ਮੋਟੀ ਹੋ ਗਈ ਹੈ ਬੇਤ ਬੇਤ ਮੋਟੀ ਹੋ ਗਈ ਮੋਟੀ ਅਬ ਗੋਵਿੰਦੇ ਦਾ ਪਿੱਛੇ ਜਾ ਭਾਰ ਹੋ ਗਿਆ ਇਹ ਕਿ ਟੈਂਪੂ ਹੈ ਬੰਦਾ ਨਹੀਂ ਹੈ ਅਗਲੇ ਲੋਕੀ ਵੇ ਕਿ ਤਾ ਮਜ਼ਾਕ ਡਾ ਰਹੇ ਨੇ ਫੁੱਲ ਫਿੱਟ ਵੇਸਟ ਆਫ ਬੋਡੀ ਇਹ ਬੰਦਾ ਹੀ ਹੈ ਕਿ ਜਾਨਵਰ ਹੈ ਸਾਲਾ ਚੀੜੀਆਂ ਕਰ ਜੂ ਲੈ ਕੇ ਆਏ ਇਹਨੂੰ ਇਹ ਫਰਦੀਖਾਨ ਖਾਲ ਪਿੱਛੇ ਉਹਦਾ ਭਾਰ ਹੋ ਗਿਆ ਸੀ ਨਾ 올 ਦਾ ਫੈਟ ਥੈਟ ਅਦਨਾਨ ਸਾਮੀ ਲੋਸਟ ਫਦੀਨ ਖਾਨ ਗਏ ਨਿੱਟ ਇਹ ਬੰਦੇ ਨੇ ਇਹਨਾਂ ਨੂੰ ਲੋਕੀ ਮਜ਼ਾਕ ਡਾਂਦੇ ਨਹੀਂ ਔਰ ਤੋਂ ਫੇਰ ਡਾਂਦੇ ਨੇ ਸਾਲਾ ਕੋਈ ਸਬੂਤ ਨਹੀਂ ਹੁੰਦਾ ਯਾਰ ਕੋਈ ਪ੍ਰੂਫ ਹੋਵੇ ਬੰਦਾ ਦਿਖਾਵੇ ਕਿ ਆ ਇਸ ਕਰਕੇ ਮੈਂ ਕਹਿ ਰਹੀ ਆ ਬੰਦਿਆਂ ਨੂੰ ਬਦਨਾਮ ਕਰਨ ਤੇ ਲਾਇਆ ਆਇਆ ਮੇਲ ਮੈਨ ਆਦਮੀ ਹਰਾਮੀ ਕਮੀਨਾ ਜੋਰ ਇੱਕ ਭਾਬੀ ਜੀ ਹੋਰ ਗੁੱਸੇ ਹੋ ਗਏ ਉਹ ਵੀ ਮੈਨੂੰ ਸੇਮ ਇਦੇ ਕਹਿ ਰਹੀ ਸੀ ਹਰਾਮੀ ਕਮੀਨਾ ਕੁੱਤਾ ਸਾਲਾ ਉਹਨੇ ਸਟੋਰੀ ਪਾਈ ਮੇਰੇ ਖਿਲਾਫ ਆ ਵੇਖੋ ਕਹਿੰਦੀ ਐਸ ਬੰਦੇ ਦੀ ਆਈਡੀ ਨੂੰ ਰਿਪੋਰਟ ਕਰੋ ਸਾਰੇ ਜੋ ਸਾਨੂੰ ਪਿਆਰ ਕਰਦੇ ਨੇ ਤੇ ਇਹਦੇ ਐਕਸ ਬੁਆਏਫ੍ਰੈਂਡਾਂ ਦਾ ਮੈਨੂੰ ਫੋਨ ਆ ਗਿਆ ਘਟੋ ਘਟ 17 ਐਕਸ ਬੁਆਏਫ੍ਰੈਂਡ ਦਾ ਫੋਨ ਆਇਆ ਕਹਿੰਦੇ ਜੀ ਅਹੀ ਵੀ ਅਜੇ ਵੀ ਅਸੀਂ ਪਿਆਰ ਕਰਦੇ ਆ ਇਹਨੂੰ ਵਾਟੇ ਫਦੂ ਯੋਗ ਅੱਛਾ ਤੇ ਆ ਵੇਖੋ ਬੋਲਣ ਨਹੀਂ ਯਾਰ ਕਿਸ ਨੂੰ ਦਿੰਦੇ ਵੀ ਆਈਡੀ ਮੇਰੀ ਰਿਪੋਰਟ ਮਾਰ ਕੇ ਫਿਰ ਕੀ ਕਰ ਲੋਗੇ ਫਿਰ ਮੈਂ ਚੁੱਪ ਕਰਕੇ ਬਹਿ ਜਾਗਾ ਜੋ ਸੱਚ ਸੱਚ ਰਹਿਣਾ ਮੈਂ ਤੇ ਝੂਠ ਨਹੀਂ ਕੋਈ ਕਿਹਾ ਆ ਆ ਮੈਂ ਰੀਲ ਪਾਈ ਸੀ ਇੰਸਟਾਗ੍ਰam ਤੇ ਮੈਂ ਕਿਹਾ ਵੀ ਇਹਦਾ ਘਰ ਵਾਲਾ ਇਹਨੂੰ ਦਿਖਾਉਂਦਾ ਰਹਿੰਦਾ 24 ਘੰਟੇ ਤੇ ਸਹੀ ਗੱਲ ਐ ਮੈਂ ਝੂਠ ਕੋ ਬੋਲਿਆ ਕੋਈ ਗਾਲ ਕੱਢੀ ਐ ਇਹ ਸੱਚ ਐ ਇਹ ਤੂੰ ਹੀ ਐ ਕੀ ਹੋਇਆ ਚਲ ਜਾ ਚਲ ਜਾ ਮੈਨੂੰ ਦਿਖਾ ਰਿਹਾ ਐ ਕੀ ਝੂਠ ਇਹ ਦੇਚ ਓਏ ਅੱਗੇ ਪਿੱਛੇ ਵਿਲਾ ਕੇ ਜਾਂਦਾ ਆਂ ਬਾਈ ਕੋਈ ਹਾਏ ਭਾਬੀ ਦੀ ਸਮੈਲ ਵੀ ਝੂਠ ਕੀ ਸਾਲਾ ਇਹ ਦੇਚ ਆ ਲੈ ਵੇਖ ਲਓ ਵੀਡੀਓ ਚਲੋ ਮੈਂ ਠੀਕ ਨਹੀਂ ਆਗੇ ਕੋਈ ਨਹੀਂ ਨਾਟਕ ਨਹੀਂ ਇਥੇ ਅੰਬ ਫੜਨ ਆਈ ਘਰ ਬੈ ਜੇ ਠੀਕ ਨਹੀਂ ਰੀਲਾ ਬਣਾਉਣ ਦਾ ਪਤਾ ਲੱਜਦਾ ਇਹਨਾਂ ਨੂੰ ਕੋਤੇ ਦੇ ਬੱਚੇ ਯਾਰ ਵੀਡੀਓ ਥੋੜੀ ਜੀ ਬਹੁਤ ਗਮਗੀਨ ਸੀ ਗੁੱਸੇ ਜੇ ਵਾਲੀ ਸੀ ਹਾਂਜੀ ਜਾਨੀ ਜਾਂਦੇ ਮਾਹੌਲ ਆਹੀ ਠੀਕ ਕਰਦੇ ਨੇ ਆ ਮੋਦੀ ਜੀ ਗਾਣਾ ਮੇਰੇ ਕੰਨ ਤੇ ਆ ਸੁਣਾ ਦਿਓ ਪਲੀਜ਼ ਸ਼ੀਮਸ ਸਕਿਸ 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 ਤੇ ਕੁਭਾਗੇ ਨਹੀਂ ਰੁਬਾਚੂ ਵਾਚਿਟ ਤੇ ਦੂਰਾ ਕੋਲੇ ਹਮ ਸੜੇ ਦੀ ਤਾਰਾ ਚਿਰਾ ਚਿਰਾ ਜੇ ਜਾਲੀ ਤੇ